ਆਜ਼ਾਦ ਸੇਵਾ ਸੁਸਾਇਟੀ ਮਲੋਟ ਵੱਲੋਂ ਬੱਚਿਆਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਪ੍ਰੇਰਿਤ ਕਰਨ ਅਤੇ ਪਟਾਕਿਆਂ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਲਈ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿੱਚ ਇੱਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਦੇ ਚਲਦੇ ਸਕੂਲ ਦੀਆਂ ਬੱਚੀਆਂ ਵੱਲੋਂ ਲੋਕਾਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਸੰਦੇਸ਼ ਦੇਣ ਲਈ ਹੱਥਾਂ 'ਚ ਬੈਨਰ ਲੈ ਕੇ ਮਲੋਟ ਦੇ ਬਾਜ਼ਾਰਾਂ ਵਿੱਚ ਇੱਕ ਜਾਗਰੂਕਤਾ ਰੈਲੀ ਵੀ ਕੱਢੀ ਗਈ। ਇਸ ਮੌਕੇ ਵਿਦਿਆਰਥੀਆਂ ਨੇ ਦੀਵਾਲੀ ਤੇ ਪਟਾਕੇ ਨਾ ਚਲਾਉਣ ਦਾ ਪ੍ਰਣ ਵੀ ਕੀਤਾ। ਸੇਵਾ ਸੁਸਾਇਟੀ ਵੱਲੋਂ ਅਸੀਂ ਹਰ ਸਾਲ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦੇ ਲਈ ਪ੍ਰੇਰਿਤ ਕਰਦੇ ਹਾਂ, ਤਾਂ ਕਿ ਪਟਾਕਿਆਂ ਦੇ ਨਾਲ ਅਸੀਂ ਬੇਹਿਸਾਬ ਰੁਪਏ ਖਰਚ ਕੇ ਇੱਕ ਤਰ੍ਹਾਂ ਦੀਆਂ ਬਿਮਾਰੀਆਂ ਹੀ ਮੁੱਲ ਲੈਂਦੇ ਹਾਂ। ਪਟਾਕਿਆਂ ਦੇ ਨਾਲ ਇੰਨਾ ਜ਼ਹਿਰੀਲਾ ਪ੍ਰਦੂਸ਼ਣ ਫੈਲਦਾ ਕਿ ਉਸ ਪ੍ਰਦੂਸ਼ਣ ਦੇ ਨਾਲ, ਜ਼ਹਿਰੀਲੇ ਪ੍ਰਦੂਸ਼ਣ ਦੇ ਨਾਲ ਕੈਂਸਰ ਅਤੇ ਦਮੇ ਵਰਗੇ ਰੋਗ ਹੁੰਦੇ ਆ। ਇਸ ਲਈ ਅੱਜ ਅਸੀਂ ਇਸ ਸੰਬੰਧ ਵਿੱਚ ਇੱਕ ਸ਼ਹਿਰ ਦੇ ਵਿੱਚ ਰੈਲੀ ਕੱਢ ਰਹੇ ਹਾਂ, ਤਾਂ ਕਿ ਲੋਕਾਂ ਨੂੰ ਵੀ ਇਸ ਤੋਂ ਜਾਗਰੂਕ ਕਰਾਇਆ ਜਾਵੇ, ਤਾਂ ਕਿ ਉਹ ਪਟਾਕੇ ਨਾ ਚਲਾਉਣ ਅਤੇ ਬਿਮਾਰੀਆਂ ਤੋਂ ਆਪਣਾ ਬਚਾਅ ਕਰਨ। ਸਕੂਲ ਦੇ ਵਿੱਚ ਜਿਹੜੀ ਹੈਗੀ ਹੈ ਗ੍ਰੀਨ ਦੀਵਾਲੀ ਦੇ ਸੰਬੰਧੀ ਇੱਕ ਰੈਲੀ ਬੱਚਿਆਂ ਨੇ ਨਿਕਾਲੀ, ਉਸ ਤੋਂ ਪਹਿਲੇ ਲੈਕਚਰ ਵਗੈਰਾ ਬੱਚਿਆਂ ਨੂੰ ਦਿੱਤੇ, ਬੱਚਿਆਂ ਨੂੰ ਸਮਝਾਇਆ ਗਿਆ ਕਿ ਇੱਕ ਤਾਂ ਮਿੱਟੀ ਦੇ ਦੀਵੇ ਬਾਲਣੇ ਆ ਜਾਂ ਸਮੋਕਲੈਸ ਕੈਂਡਲਸ ਜਲਾਉਣੀ ਹੈ, ਜਾਂ ਬੱਚਿਆਂ ਨੂੰ ਇਹ ਵੀ ਦੱਸਿਆ ਗਿਆ ਵੀ ਲੋਕਾਂ ਵਿੱਚ ਅਵੇਅਰਨੈਸ ਜਗਾਓ। ਮੋਟੀਵੇਟ ਕੀਤਾ ਅਸੀਂ ਬੱਚਿਆਂ ਨੂੰ ਕਿ ਪਟਾਕੇ ਨਹੀਂ ਚਲਾਉਣੇ, ਔਰ ਬੱਚੇ ਕਾਫੀ ਜ਼ਿਆਦਾ ਮੋਟੀਵੇਟ ਹੋਏ ਵੀ ਹੈ, ਔਰ ਉਹ ਅੱਗੋਂ ਆਪਣੀ ਫੈਮਿਲੀਜ਼ ਨੂੰ ਵੀ ਮੋਟੀਵੇਟ ਕਰਨਗੇ, ਆਪਣੇ ਆਸ ਪੜੋਸ ਗਲੀ ਮੁਹੱਲੇ ਨੂੰ ਵੀ ਮੋਟੀਵੇਟ ਕਰਨਗੇ। ਉਮੀਦ ਹੈਗੀ ਹੈ ਕਿ ਮੁਕਤਸਰ ਜਿਹੜਾ ਡਿਸਟ੍ਰਿਕਟ ਹੈਗਾ ਬੜਾ ਹਾਈਲੀ ਪੋਲਿਊਟਿਡ ਡਿਸਟ੍ਰਿਕਟ ਹੋ ਚੁੱਕਿਆ, ਕਿਉਂਕਿ ਇੱਥੇ ਪਲਾਂਟਸ ਵਗੈਰਾ ਜ਼ਿਆਦਾ ਨਹੀਂ ਹੈਗੇ, ਲੋਕਾਂ ਨੇ ਡੀਫੋਰੈਸਟੇਸ਼ਨ ਜ਼ਿਆਦਾ ਹੋ ਚੁੱਕੀ ਹੈ, ਰੀਫੋਰੈਸਟੇਸ਼ਨ ਹੋਈ ਨਹੀਂ, ਤਾਂ ਥੋੜ੍ਹਾ ਲੋਕਾਂ ਨੂੰ ਅਵੇਅਰ ਕੀਤਾ ਜਾਏ, ਔਰ ਇਹਨਾਂ ਜਿਹੜੀਆਂ ਹੈਗੀਆਂ ਨੇ ਸਾਹ ਦੀਆਂ ਬਿਮਾਰੀਆਂ ਤੋਂ ਨੋਇਸ ਪੋਲਿਊਸ਼ਨ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ। ਸਾਨੂੰ ਸਕੂਲ ਵਿੱਚ ਸਿੱਖਿਆ ਦਿੱਤੀ ਗਈ ਦੀਵਾਲੀ ਰਹਿਤ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ, ਇਸ ਵਿੱਚ ਸਾਨੂੰ ਦੱਸਿਆ ਗਿਆ ਕਿ ਸਕੂਲ ਪਟਾਕੇ ਚਲਾਉਣ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ, ਜਿਸ ਨਾਲ ਸਾਡੀ ਸਿਹਤ 'ਤੇ ਅਸਰ ਹੁੰਦਾ ਹੈ, ਇਸ ਨਾਲ ਸਾਨੂੰ ਕਈ ਤਰ੍ਹਾਂ ਬਿਮਾਰੀਆਂ ਹੁੰਦੀਆਂ, ਜਿਸ ਨਾਲ ਅਸੀਂ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈਏ, ਤਾਂ ਜੋ ਸਿਹਤ ਸਾਡੀ ਸਿਹਤ ਨਾਲ ਖਿਲਵਾੜ ਜੋ ਹੋ ਰਿਹਾ ਉਹ ਨਾ ਹੋਵੇ ਅਤੇ ਅਨਹੋਣੀ ਘਟਨਾਵਾਂ ਤੋਂ ਬਚੇ ਆ ਜਾਏ। ਕਿੱਦੜ ਬਾਹਰ ਤੋਂ ਸੋਨੀ ਢਿੱਲਾ, ਖਬਰ ਹਰਪਲ ਇੰਡੀਆ ਲਈ।